ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਰਵਾਇਤੀ ਪਾਰਟੀਆਂ ਵੱਡੇ ਵੱਡੇ ਰੋਡ ਸ਼ੋਅ ਕਰ ਰਹੀਆਂ ਹਨ, ਵੱਡੇ ਵੱਡੇ ਕਾਫਲੇ ਲੈ ਕੇ ਚੱਲ ਰਹੀਆਂ ਹਨ, ਕਿਰਾਏ ਦੀਆਂ ਗੱਡੀਆਂ, ਕਿਰਾਏ ਦੇ ਲੋਕ ਲੈ ਕੇ ਵੱਡੇ ਵੱਡੇ ਲੋਕਾਂ ਨੂੰ ਦਿਖਾਵੇ ਕਰ ਰਹੀਆਂ ਹਨ, ਉੱਥੇ ਦੂਸਰੇ ਪਾਸੇ ਸਹਿਜਦਾਰੀ ਸਿੱਖ ਪਾਰਟੀ ਸੁਪਰੀਮੋ ਡਾਕਟਰ ਪਰਮਜੀਤ ਸਿੰਘ ਰਾਣੂ ਨੇ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਇੱਕ ਨਵੇਕਲੀ ਤਰ੍ਹਾਂ ਦਾ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੇ ਵਿੱਚ ਉਹਨਾਂ ਨੇ ਮਰੀਜ਼ ਵੀ ਦੇਖੇ ਅਤੇ ਉਹਨਾਂ ਨੂੰ ਦਵਾਈਆਂ ਵੀ ਲਿਖ ਕੇ ਦਿੱਤੀਆਂ ਦੀ ਅਪੀਲ ਵੀ ਕੀਤੀ ਅਤੇ ਲੋਕਾਂ ਦਾ ਭਰਵਾਂ ਹੰਗਾਰਾ ਡਾਕਟਰ ਪਰਮਜੀਤ ਸਿੰਘ ਰਾਣੂ ਨੂੰ ਮਿਲਿਆ। ਮੁਝੇ ਵੋਟ ਨਹੀਂ ਚਾਹੀਏ, ਮੁਝੇ ਸਪੋਰਟ ਚਾਹੀਦਾ ਕਿ ਮੈਂ ਡਾਕਟਰ ਹੂੰ, ਮੈਂ ਡਾਕਟਰ ਹੂੰ, ਗਰੀਬੋਂ ਕੀ ਸੇਵਾ ਕਰਤਾ ਹੂੰ, ਮੁਫ਼ਤ ਮੈਡੀਕਲ ਕੈਂਪ ਲਗਾਤਾ ਹੂੰ, ਔਰ ਜਬ ਤੱਕ ਮਰੀਜ਼ ਠੀਕ ਨਹੀਂ ਹੁੰਦਾ ਤਬ ਤੱਕ ਮੁਫ਼ਤ ਦਵਾਈ ਦਿੱਤਾ। ਜੇ ਨਹੀਂ ਕਿ ਇੱਕ ਦਿਨ ਦਵਾਈ ਦੇ ਕੇ ਕੈਂਪ ਲਗਾ ਲਿਆ, ਉਸ ਤੋਂ ਕਲੀਨਿਕ ਤੋਂ ਬੁਲਾ ਲਿਆ, ਉਸ ਤੋਂ ਲੂਟ ਮਾਰਕੀਟ ਕਰ ਦਿਆ। ਮੇਰਾ ਇੱਕ ਪੇਸ਼ ਕਲੀਨਿਕ ਆਪ ਕਿਸੇ ਦਿਨ ਵੀ ਸੁਣ ਸਕਤੇ ਹੈ, ਜਹਾਂ ਆਪਕੇ 10 ਫੇਸ, 11 ਫੇਸ ਸਾਰੇ ਲੋਕ ਮੇਰੇ ਪਾਸ ਆ ਜਾ ਕਰ, ਔਰ ਮੇਰਾ ਜੋ ਕੈਂਪ ਹੋਤਾ ਉਸਨੇ ਯੇ ਇੱਕ ਖਾਸੀਅਤ ਹੋਤੀ ਕਿ ਹੈਲੋ ਹੈਲੋ ਤੁਹਾਨੂੰ ਜ਼ਹਿਰ ਕਹਿਣਾ ਦੇਵੇ। ਅੱਜ ਸਵੇਰੇ ਅਸੀਂ ਜੋ ਕੁਛ ਖਾਂਦੇ ਹਾਂ ਸਾਰਾ ਦਿਨ, ਉਹਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਜ਼ਹਿਰ ਖਾ ਰਹੇ ਹਾਂ, ਦਵਾਈਆਂ ਸਪਰੇਅ ਹੁੰਦੀਆਂ ਨੇ, ਯੂਰੀਆ ਕਰਦਾ, ਔਰ ਜੋ ਪਾਣੀ ਅਸੀਂ ਪੀਂਦੇ ਹਾਂ ਤੁਸੀਂ ਰਹਿੰਦੀ ਹੋ। ਜੋ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ ਅਤੇ ਪੰਜਾਬ ਦੇ ਵਿੱਚ ਕਿਉਂ ਨਹੀਂ, ਮੈਂ ਆਪ ਲੋਕੋਂ ਕੋ ਹਿੰਦੀ ਮੈਂ ਵੀ ਬਤਾਊਂਗਾ, ਦੋ ਮਿੰਟ ਰੁਕਣਾ, ਪਹਿਲੇ ਮੈਂ ਪੰਜਾਬੀ ਮੈਂ ਬਾਤ ਕਰ ਲੂੰ, ਆਪ ਚਿੰਤਾ ਮਤ ਕੀਜੀਏ। ਸੋ ਅੱਜ ਪੰਜਾਬ ਦੇ ਵਿੱਚ ਇਹ ਜਿਹੜੇ ਵੱਡੇ ਲੀਡਰ ਨੇ, ਇਹਨਾਂ ਦੇ ਤਾਂ ਆਈਡੈਂਟੀ ਕਾਰਡ ਬਣੇ ਹੋਏ ਆ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ, ਮਜ਼ਦੂਰ ਲੋਕ ਹੋ, ਭੁੱਖੀ ਖਾ ਕੇ ਸਾਰਾ ਦਿਨ ਬੰਦਾ ਕੰਮ ਕਰਦਾ ਸੀਗਾ, ਕੋਈ ਉਹਦਾ ਸਾਈਡ ਇਫੈਕਟ ਨਹੀਂ ਸੀ ਹੁੰਦਾ, ਉਹ ਸਰੀਰਕ ਤੌਰ 'ਤੇ ਵੀ ਨਿਪੁੰਸਕ ਹੋ ਜਾਂਦਾ। ਇੱਕ ਬਹੁਤ ਵੱਡੀ ਸਾਜਿਸ਼ ਹੈ ਸਰਕਾਰਾਂ ਦੀ, ਸਰਕਾਰਾਂ ਜਿਹੜੀਆਂ ਨੇ ਉਹ ਗਰੀਬ ਮਜ਼ਦੂਰ ਲੋਕਾਂ ਨੂੰ, ਉਹਨਾਂ ਦੀ ਕੋਈ ਹਾਮੀ ਨਹੀਂ ਹੈ, ਤੁਸੀਂ ਸਾਰੇ ਜਾਣਦੇ ਸਾਥੀਓ।